ਤੇ ਕਲਾਕਾਰਾਂ ਨੂੰ ਸੁਣਨ ਆਉਂਦੇ ਹੋ, ਵੇਖ ਕੇ ਸੁਣਦੇ ਹੋ, ਇੰਜੋਏ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂ, ਕੁਰਸੀਆਂ ਜਿਹੜੇ ਜਿਹੜੇ ਵੀਰ ਖੜੇ ਆ ਉਹਨਾਂ ਨੂੰ ਜਾਂ ਸਾਡੀਆਂ ਭੈਣਾਂ ਜਿੱਥੇ ਵੀ ਖੜੀਆਂ, ਕੁਰਸੀਆਂ ਦੀ ਜਿਹਨਾਂ ਜਿਹਨਾਂ ਨੂੰ ਜ਼ਰੂਰਤ ਆ, ਪਿੱਛੇ ਕੁਰਸੀਆਂ ਆ ਗਈਆਂ, ਤੁਸੀਂ ਲੈ ਸਕਦੇ ਹੋ, ਬੈਠ ਸਕਦੇ ਹੋ ਕੁਰਸੀਆਂ 'ਤੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਗਲਾ ਗਾਣਾ ਤੁਹਾਨੂੰ ਸੁਣਾਉਣ ਲੱਗੇ ਹਾਂ, ਮੈਂ ਕਿੱਥੇ ਟੱਕਰਾਂ ਮਾਰੂ ਵੇ ਢਾਬੇ 'ਤੇ ਲੈ ਜਾ ਯਾਰਾਂ ਨੂੰ, ਤੜਕੇ ਦੇ ਭੁੱਖੇ ਫਿਰਦੇ ਆ, ਛੇਤੀ ਕਰ ਰੋਟੀ ਲਾਹ ਦੇਣੀ। ਸਾਡੇ ਬਹੁਤ ਹੀ NRI ਸਤਿਕਾਰਯੋਗ ਸੱਜਣ ਨੇ, ਪ੍ਰਭਦੀਪ ਸਿੰਘ ਜੀ, ਡਾਕਟਰ ਰਵਿੰਦਰ ਸਿੰਘ ਜੀ, ਸੁਖਜਿੰਦਰ ਸਿੰਘ ਜੀ, ਹਰਜਿੰਦਰ ਸਿੰਘ ਜੀ, ਸੋ ਬਹੁਤ ਸਾਰਾ ਮਾਣ ਪਿਆਰ ਸਤਿਕਾਰ ਮੁਹੱਬਤਾਂ ਬਾਬਾ ਜੀ ਚੜ੍ਹਦੀ ਕਲਾ 'ਚ ਰੱਖਣ, ਤੰਦਰੁਸਤੀ ਬਖਸ਼ਣ ਜਿੱਥੇ ਵੀ ਬੈਠੇ ਸਾਡੇ, ਜਿੱਥੇ ਜਿੱਥੇ ਪੰਜਾਬੀ ਵੀਰ ਬੈਠੇ ਆ, ਸਾਰਿਆਂ ਦੀ ਰਿਸਪੈਕਟ ਸਾਰਿਆਂ ਦੀ ਕਰਦੇ ਹਾਂ, ਬਹੁਤ ਮਿਹਰਬਾਨੀ। ਸੋ ਗੱਲ ਇਹ ਆ ਵੀ ਪੰਜਾਬੀ ਜਿੱਦਾਂ ਤੁਸੀਂ ਇੱਥੇ ਪਿਆਰ ਦਿੰਦੇ ਹੋ, ਅਸੀਂ 2 ਮਹੀਨੇ ਪਹਿਲਾਂ ਕੈਨੇਡਾ 2 ਮਹੀਨੇ ਲਾ ਕੇ ਆਏ, ਉੱਥੇ ਵੀ ਇਸੇ ਤਰ੍ਹਾਂ ਬਹੁਤ ਸਾਰਾ ਪਿਆਰ ਦਿੰਦੇ ਇੱਦਾਂ ਦੇ ਗੀਤਾਂ ਨੂੰ। ਇਹ ਸੋਚ ਹੁੰਦੀ ਹੈ ਕਿ ਕਲਾਕਾਰ, ਕਈ ਕਹਿ ਦਿੰਦੇ ਆ ਵੀ ਕਲਾਕਾਰ ਚੰਗਾ ਗਾਉਂਦੇ ਨਹੀਂ, ਚੰਗਾ ਤਾਂ ਨਹੀਂ ਗਾਉਂਦੇ ਵੀ ਲੋਕ ਸੁਣਦੇ ਨਹੀਂ, ਜੇ ਲੋਕ ਸੁਣਨਗੇ ਤਾਂ ਕਲਾਕਾਰ ਚੰਗਾ ਗਾਉਣਗੇ, ਮਾੜਾ ਨਹੀਂ ਗਾਉਂਦੇ। ਸੋ ਪਰਿਵਾਰਕ ਦੇ ਗਾਣੇ ਤੁਹਾਡੇ ਰੂਬਰੂ ਕਰਨ ਲੱਗਾ, ਇੱਕ ਪਰਿਵਾਰਕ ਕਹਾਣੀ ਹੈ, ਘਰੇਲੂ ਸਟੋਰੀ ਹੈ। 5-7 ਮਿੱਤਰ ਇਕੱਠੇ ਹੋ ਕੇ ਸਵੇਰ ਤੋਂ ਪੈਗ ਸ਼ੈਗ ਲਾਉਣ ਲੱਗ ਜਾਂਦੇ ਆ, ਸ਼ਾਮ ਨੂੰ ਫਿਰ ਜਦੋਂ ਰੋਟੀ ਦੀ ਭੁੱਖ ਲੱਗਦੀ ਹੈ ਫਿਰ ਘਰ ਦੀ ਯਾਦ ਆਉਂਦੀ ਹੈ, ਫਿਰ ਇੱਕ ਦੂਜੇ ਨਾਲ ਸਕੀਮਾਂ ਬਣਾਉਂਦੇ ਆ, ਅੱਜ ਰੋਟੀ ਕਿੱਥੇ ਖਾਈਏ। ਗੱਲ ਇਹ ਵੀ ਇੱਕ ਦੋ ਤਾਂ ਸਾਡੇ ਅਮਰਤ ਬਾਈ ਵਰਗੇ ਵਿੱਚ ਸਿਆਣੇ ਹੁੰਦੇ ਆ, ਕਹਿੰਦੇ ਵੀ ਬਾਹਰ ਕਿਤੇ ਢਾਬੇ ਢੂਬੇ ਤੇ ਖਾ ਚੱਲਦੇ ਆ, ਕਾਹਨੂੰ ਅੱਧੀ ਰਾਤ ਨੂੰ ਜਾ ਕੇ ਘਰ ਵਾਲਿਆਂ ਨੂੰ ਤੰਗ ਕਰਨਾ। ਇੱਕ ਮੇਰੇ ਵਰਗਾ ਥੋੜਾ ਜਿਹਾ ਜ਼ਿਆਦਾ ਚੱਕਵਾਂ ਹੁੰਦਾ, ਉਹ ਕਹਿੰਦਾ ਗੱਲ ਹੀ ਕੋਈ ਨਹੀਂ, ਰੋਟੀ ਦੀ ਕਿਹੜੀ ਗੱਲ ਆ, ਭਾਵੇਂ 50 ਬੰਦੇ ਲੈ ਜਾਈਏ, ਆਪਣੇ ਘਰੇ ਚੱਲਦੇ ਆ, ਉੱਥੇ ਜਾ ਕੇ ਖਵਾਉਣਾ ਤੁਹਾਨੂੰ ਰੋਟੀ। ਲਓ ਜੀ, ਸਾਰਿਆਂ ਨੂੰ ਇਕੱਠੇ ਕਰਕੇ ਪਿੰਡ ਨੂੰ ਲੈ ਗਿਆ ਸਾਡਾ ਵੀਰ ਸਿਕੰਦਰ ਮਾਨ, ਔਰ ਸਾਡਾ ਸੁੱਖਾ ਵੀਰ ਮੇਰੇ ਖਿਆਲ 'ਚ ਬੈਠਾ ਵੇਖ ਰਿਹਾ। ਹਾਂ, NRI ਸਾਡੇ ਜਿੰਨੇ ਵੀ ਸੱਜਣ ਨੇ, ਇੱਕ ਵਾਰੀ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਵੀਰ ਸਾਡਾ, ਔਰ ਇੱਕ ਵਾਰੀ ਫਿਰ MLI TV ਤੇ ਜਿੰਨੇ ਵੀ ਸਾਡੇ ਸਤਿਕਾਰਯੋਗ ਸਰੋਤੇ ਵੇਖ ਰਹੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਸਾਰਿਆਂ ਨੂੰ ਇਕੱਠੇ ਕਰਕੇ ਪਿੰਡ ਨੂੰ ਲੈ ਜਾਣ ਨਾਲ ਜਾ ਕੇ ਗੇਟ 'ਤੇ ਗੱਡੀਆਂ ਖੜਾਈਆਂ, ਕਹਿੰਦਾ ਵੀ ਤੁਸੀਂ ਇੱਥੇ ਖੜੋ, ਮੈਂ ਘਰੇ ਜਾ ਕੇ ਵੇਖਣਾ ਖਾਣੇ 'ਚ ਕੀ ਬਣਿਆ। ਹੁਣ ਬਣਨਾ ਕੀ ਸੀ ਉਹਨਾਂ ਦਾ, ਵਿਚਾਰਿਆਂ ਦਾ ਟਾਈਮ ਪਾਸ ਮਸਾ ਹੁੰਦਾ ਸੀ, ਉਹਦੇ ਘਰ ਵਾਲੀ ਬੈਠੀ ਵੇਟ ਕਰੀ ਜਾਂਦੀ ਸੀ ਵੀ ਕਦੋਂ ਮੇਰੇ ਸਰਦਾਰ ਜੀ ਘਰ ਆਉਣਗੇ, ਕੀ ਲਿਆਉਣਗੇ, ਕੀ ਬਣਾਵਾਂਗੇ, ਕੀ ਖਾਵਾਂਗੇ। ਜਦੋਂ ਇੱਕ ਤੁਹਾਨੂੰ ਪਤਾ ਵੀ ਸ਼ਰਾਬੀ ਬੰਦਿਆਂ ਕੋਲ ਬੜੇ ਤਰੀਕੇ ਹੁੰਦੇ ਘਰ ਵਾਲੀਆਂ ਨੂੰ ਖੁਸ਼ ਕਰਨ ਦੇ, ਜਦੋਂ ਗੇਟ 'ਚੋਂ ਐਂਟਰੀ ਕੀਤੀ ਨਾਲ ਦੀ ਨਾਲ ਤਾਰੀਫਾਂ ਸ਼ੁਰੂ, ਕਹਿੰਦਾ ਉਹ ਦੁੱਖ ਦੇਣੀ ਹੈ, ਬੜੀ ਸੋਹਣੀ ਲੱਗਦੀ ਹੈ, ਆਹ ਸੂਟ ਕਿੱਥੋਂ ਲਿਆਂਦਾ ਸੀ, ਲੈ ਉਹੀ ਸੂਟ ਭਾਵੇਂ ਪਹਿਲਾਂ 35 ਵਾਰੀ ਵੇਖਿਆ ਹੋਵੇ, ਐਵੇਂ ਪੀਤੀ ਖਾਧੀ ਤਾਰੀਫਾਂ ਕਰੀ ਜਾਂਦੇ। ਉਹ ਕਹਿੰਦੀ ਵੀ ਇਹ ਤਾਂ ਗੱਲ ਠੀਕ ਹੈ ਵੀ ਮੈਂ ਸੋਹਣੀ ਲੱਗਦੀ ਹੈ, ਅਗਲੀ ਗੱਲ ਦੱਸੋ ਕੀ ਹੈ। ਕਹਿੰਦਾ ਗੱਲ ਭਗਵਾਨ ਨੇ ਇਹ ਹੈ ਵੀ ਨਾਲੇ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ, ਲਾਏ 4 ਦਿਨ ਪੇਕਿਆਂ ਨੂੰ ਪਹਿਲਾਂ ਤਾਂ ਪੰਪ ਪੁੰਪ ਮਾਰੇ ਵਿਚਾਰੇ ਨੇ, ਪਰ ਗੱਲ ਨਹੀਂ ਬਣੀ। ਕਹਿੰਦਾ ਐਂ ਕਰ, ਮੇਰੇ ਨਾਲ 5-7 ਮਿੱਤਰ ਆਏ, ਮੇਰੇ ਦੋਸਤ ਆਏ, ਤੇ ਸਵੇਰ ਤੇ ਅਸੀਂ ਭੁੱਖਿਆਂ ਰੋਟੀ ਖਾਣੀਆਂ, ਦੋਨੋਂ ਰੋਟੀਆਂ ਲਾਹ ਦੇ ਬਸ ਖਾ ਕੇ ਸੌਂ ਜਾਂਦੇ। ਲਓ ਜੀ, ਇੰਨੀ ਗੱਲ ਸੁਣ ਕੇ ਅੱਗੋਂ ਭੜਕ ਉੱਠੀ, ਕਹਿੰਦੀ ਮੈਥੋਂ ਕੋਈ ਨਹੀਂ ਲੈਂਦੀਆਂ ਤੇਰੀਆਂ, ਅੱਧੀ ਰਾਤ ਨੂੰ ਰੋਟੀਆਂ ਪਤਾ ਨਹੀਂ ਕਿੱਥੇ ਜਾਂਦਾ, ਕਿੱਥੋਂ ਉਹਨਾਂ ਮੈਨੂੰ ਨਹੀਂ ਸਮਝ ਨਹੀਂ, ਮੈਂ ਤਕੜੀਆਂ ਜਿਹੜੀ ਤੇਰੇ ਨਾਲ ਕੱਟੀ ਜਾਂਦੀ ਹੈ। ਜਦੋਂ ਉਹਨੇ ਸੁਣਾਈਆਂ 5-7 ਖੜੀਆਂ ਖੜੀਆਂ, ਵਿਚਾਰਾ ਵਿਚਾਲੇ ਫਸ ਗਿਆ, ਘਰੇ ਘਰ ਵਾਲੀ ਗੱਲ ਨਹੀਂ ਸੁਣਦੀ, ਬਾਹਰ ਦੋਸਤ ਰੋਟੀ ਦੀ ਵੇਟ ਕਰੀ ਜਾਂਦੇ ਆ। ਸੋ ਰਾਤ ਦੇ ਤਕਰੀਬਨ 12:15 ਦੋਹਾਂ ਦੇ ਕੀ ਸਵਾਲ ਜਵਾਬ ਹੁੰਦੇ ਆ। ਕਹਿੰਦਾ ਇੱਕ ਨਹੀਂ 2-3-4 ਆਏ ਨੀ, ਨਾਲ ਪੁਰਾਣੇ ਯਾਰ ਆਏ ਆ, ਮਿੰਟ ਮਾਰ ਤੂੰ ਟਾਈਮ ਲਾਈ ਨਾ, ਫੁਰਤੀ ਅੱਜ ਵਿਖਾ ਦੇਣੀ, ਤੜਕੇ ਦੇ ਭੁੱਖੇ ਫਿਰਦੇ ਆ, ਛੇਤੀ ਕਰ ਰੋਟੀ। ਸੋ ਵੇਹਨੇ ਫਿਰ ਰਾਤ ਦੇ ਤਕਰੀਬਨ 12:15 ਰੋਟੀ ਮਿਲਦੀ ਹੈ ਕਿ ਨਹੀਂ ਮਿਲਦੀ, ਕੀ ਹੁੰਦਾ ਰਗੜ ਢਾਬਾ। Oh,
ਤਿੱਕਣੀ ਦੋ ਤਿੰਨ ਚਾਰ ਆਇਆ ਨੀ ਨਾ ਪੁਰਾਣੇ ਯਾਰ ਆਇਆ ਤਿੱਕਣੀ ਦੋ ਤਿੰਨ ਚਾਰ ਨਾਲ ਪੁਰਾਣੇ ਨਾਲ ਪੁਰਾਣੇ ਮਿੰਟ ਮਾਰ ਤੂੰ ਟਾਈਮ ਲਾਈ ਨਾ ਮਿੰਟ ਮਾਰ ਤੂੰ ਟਾਈਮ ਲਾਈ ਨਾ ਫੁਰਤੀ ਅੱਜ ਬਿਠਾ ਦੇ ਧੜਕੀ ਦੇ ਭੁੱਖੇ ਫਿਰਦੇ ਆ ਨੀ ਸੱਚੀ ਭੁੱਖੇ ਫਿਰਦੇ ਆ ਧੜਕੇ ਦੇ ਭੁੱਖੇ ਫਿਰਦੇ ਆ ਛੇਤੀ ਕਰ ਰੋਟੀ ਧੜਕੇ ਦੇ ਭੁੱਖੇ ਫਿਰਦੇ ਆ ਛੇਤੀ ਕਰ ਰੋਟੀ ਧੜਕੇ ਦੇ ਭੁੱਖੇ ਫਿਰਦੇ ਆ ਛੇਤੀ ਕਰ ਰੋਟੀ ਲਾ ਦੇਣੀ ਓ ਇੱਕ ਪਾਗਲੀ ਹੋ ਕੇ ਤੇ ਤੂੰ ਜਟਾਣੀ ਨਾਲ ਲਿਆਇਆ ਇੱਕ ਪਾਗਲੀ ਹੋ ਗਿਆ ਤੂੰ ਜਟਾਣੀ ਨਾਲ ਲਿਆਇਆ ਤੂੰ ਜਟਾਣੀ ਮੈਂ ਕਿੱਥੇ ਟੱਕਰਾਂ ਮਾਰੂ ਬੇਟਾ ਬੇਬੇ ਲੈ ਜਾ ਉਹ ਕਿੱਥੇ ਟੱਕਰਾਂ ਮਾਰੂ ਬੇਟਾ ਬੇਬੇ ਲੈ ਜਾ ਮੈਂ ਕਿੱਥੇ ਟੱਕਰਾਂ ਮਾਰੂ ਬੇਟਾ ਬੇਬੇ ਲੈ ਜਾ ਇਤਨੀ ਦੋ ਤਿੰਨ ਚਾਰ ਆਇਆ ਨੀ ਨਾਲ ਪੁਰਾਣੇ ਯਾਰ ਆਇਆ ਇਤਨੀ ਦੋ ਤਿੰਨ ਚਾਰ ਨਾਲ ਪੁਰਾਣੇ ਨਾਲ ਪੁਰਾਣੇ ਮਿੰਟ ਮਾਰ ਤੂੰ ਟਾਈਮ ਲਾਈ ਨਾ ਮਿੰਟ ਮਾਰ ਤੂੰ ਟਾਈਮ ਲਾਈ ਨਾ ਫੁਰਤੀ ਅੱਜ ਬਿਠਾ ਦੇ ਤੜਕੇ ਦੇ ਭੁੱਖੇ ਫਿਰਦੇ ਆ ਨੀ ਛੇਤੀ ਛੇਤੀ ਲਾ ਦੇ ਰੋਟੀਆਂ ਕਿਉਂ ਕਰਦੀ ਹੁੰਦੀ ਤੜਕੇ ਦੇ ਭੁੱਖੇ ਫਿਰਦੇ ਆ ਛੇਤੀ ਕਰ ਰੋਟੀ ਤੜਕੇ ਦੇ ਭੁੱਖੇ ਫਿਰਦੇ ਆ ਛੇਤੀ ਕਰ ਰੋਟੀ ਤੜਕੇ ਦੇ ਭੁੱਖੇ ਫਿਰਦੇ ਆ ਛੇਤੀ ਕਰ ਰੋਟੀ ਲਾ ਦੇਣੀ ਓਏ ਇੱਕ ਤਾਂ ਟੱਲੀ ਹੋ ਕੇ ਆਇਆ ਤੇ ਦੂਜਾ ਢਾਣੀ ਨਾਲ ਲਿਆਇਆ ਇੱਕ ਤਾਂ ਟੱਲੀ ਹੋ ਕੇ ਆਇਆ ਦੂਜਾ ਢਾਣੀ ਓ ਦੂਜਾ ਢਾਣੀ ਮੈਂ ਕਿੱਥੇ ਟੱਕਰਾਂ ਮਾਰੂ ਬੇਟਾ ਬੇਬੇ ਲੈ ਜਾ ਉਹ ਕਿੱਥੇ ਟੱਕਰਾਂ ਮਾਰੂ ਬੇਟਾ ਬੇਬੇ ਲੈ ਜਾ ਮੈਂ ਕਿੱਥੇ ਟੱਕਰਾਂ ਮਾਰੂ ਬੇਟਾ ਬੇਬੇ ਲੈ ਜਾ ਆਖਿਆ ਸੀ ਤੂੰ ਝੂਠ ਨਾ ਪੈਣਾ ਜਾਣੀ ਆ ਮੈਨੂੰ ਕਹਿੰਦੇ ਅੱਜ ਤਾਂ ਰੋਟੀ ਭਾਬੀ ਹੱਥੋਂ ਖਾਣੀ ਮੈਂ ਢਾਬੇ ਤੇ ਆਖਿਆ ਸੀ ਤੂੰ ਝੂਠ ਨਾ ਪੈਣਾ ਜਾਣੀ ਆ ਮੈਨੂੰ ਕਹਿੰਦੇ ਅੱਜ ਤਾਂ ਰੋਟੀ ਆ ਮੈਨੂੰ ਕਹਿੰਦੇ ਅੱਜ ਤਾਂ ਰੋਟੀ ਤੂੰ ਕਿਉਂ ਮੱਥੇ ਵੱਟ ਪਾਉਣੀ ਆ ਮੇਰੇ ਨੰਬਰ ਫੁੱਲ ਬਣਾ ਦੇ ਖਾਲੀ ਵੇਖ ਫਰਿੱਜ ਪਈ ਆ ਜਾ
ਖੋਲ ਵਖਾਵਾ ਤੂੰ ਕਿਹੜਾ ਦੱਸ ਲਿਆਇਆ ਮੁਰਗਾ ਜੀਰ ਤੜਕਾ ਦਾ ਖਾਲੀ ਵੇਖ ਫਰਿੱਜ ਪਈਆ ਖੋਲ ਵਖਾਵਾ ਆ ਖਾਲੀ ਵੇਖ ਫਰਿੱਜ ਪਈਆ ਖੋਲ ਵਖਾਵਾ ਘਰ ਦਾ ਸੌਦਾ ਲੈ ਕੇ ਆਉਣਾ ਘਰ ਦਾ ਸੌਦਾ ਲੈ ਕੇ ਆਉਣਾ ਘਰ ਦਾ ਸੌਦਾ ਲੈ ਕੇ ਆਉਣਾ ਭੁੱਲ ਜਾਂਦਾ ਸਰਕਾਰ ਪਿੱਛੇ ਕਿਉਂਕਿ ਮੈਂ ਜਿੱਦਾਂ ਤੁਹਾਨੂੰ ਦੱਸਿਆ ਸੀ ਵੀ ਅੱਜ ਕਲਾਕਾਰ ਬਹੁਤ ਹੈ ਆ ਸਾਡਾ ਵੀਰ ਨਹਿਲਾ ਮਾਣਕ ਔਰ ਉਹਨਾਂ ਦੇ ਸਾਥੀ ਕਹਿ ਕੇ ਪਹੁੰਚੇ ਉਹਨਾਂ ਨੂੰ ਜੀ ਆਖਦੇ ਬਹੁਤ ਮਿਹਰਬਾਨੀ ਭਾਗਵਾਨ ਨੇ ਲਾ ਦੇ ਚਾਰ ਰੋਟੀਆਂ ਕੋਈ ਫਰਕ ਨਹੀਂ ਪੈਂਦਾ ਇੱਕ ਵਾਰੀ ਫਿਰ ਪੁੱਛ ਕੇ ਵੇਖ ਲੈਣਾ ਵੇਖ ਲਓ ਇੰਨੇ ਪਿੰਡ ਇਕੱਠੇ ਹੋਏ ਆ ਨਾ ਬੇਇੱਜ਼ਤੀ ਕਰਾ ਲਾ ਦੇ ਚਾਰ ਰੋਟੀਆਂ ਕੋਈ ਫਰਕ ਨਹੀਂ ਪੈਂਦਾ ਸਾਰਾ ਬੁੱਝਾ ਵਾਲੀ ਪਿੰਡ ਸੁਣ ਜਾਂਦਾ ਆਸੇ ਪਾਸੇ ਪਿੰਡਾਂ ਤੋਂ ਵੀ ਬਾਈ ਜੁੜੇ ਆਏ ਪੱਕਾ ਹੀ ਜਵਾਬ ਹੈ ਲਾ ਦੇ ਚਾਰ ਰੋਟੀਆਂ ਕੋਈ ਫਰਕ ਨਹੀਂ ਪੈਂਦਾ ਨਾ ਬੇਇੱਜ਼ਤੀ ਕਰਾ ਘਰ ਵਾਲਿਆਂ ਦੀ ਬੇਇੱਜ਼ਤੀ ਨਹੀਂ ਕਰਾਈ ਦਿੰਦੀ ਹਾਂ ਵੇਖ ਲਈ ਤੂੰ ਕੱਲ ਨੂੰ ਨਾਟਕ ਛੱਡ ਟੀਵੀ ਦਾ ਖੇੜਾ ਇੱਕ ਵਾਰੀ ਜੇ ਚੜ ਗਿਆ ਤਾਰਾ ਮੇਰਾ ਗੁੱਸਾ ਵੇਖ ਲਈ ਤੂੰ ਕੱਲ ਨੂੰ ਨਾਟਕ ਛੱਡ ਟੀਵੀ ਦਾ ਖੇੜਾ ਇੱਕ ਵਾਰੀ ਜੇ ਚੜ ਗਿਆ ਤਾਰਾ ਇੱਕ ਵਾਰੀ ਜੇ ਚੜ ਗਿਆ ਤਾਰਾ ਸੁਕੀਦਾਰ ਬਣਾ ਕੇ ਤੂੰ ਹੀ ਜਗਨ ਤੜਕਾ ਲਾ ਨੀ ਤੜਕੇ ਦੇ ਭੁੱਖੇ ਫਿਰਦੇ ਆਂ ਦੋ ਦੋ ਲਾ ਦੇ ਰੋਟੀਆਂ ਕਿਉਂ ਕਰਦੀ ਹੁੰਦੀ ਆਂ ਤੜਕੇ ਦੇ ਭੁੱਖੇ ਫਿਰਦੇ ਆਂ ਛੇਤੀ ਕਰ ਰੋਟੀ ਤੜਕੇ ਦੇ ਭੁੱਖੇ ਫਿਰਦੇ ਆਂ ਛੇਤੀ ਕਰ ਰੋਟੀ ਤੜਕੇ ਦੇ ਭੁੱਖੇ ਫਿਰਦੇ ਆਂ ਛੇਤੀ ਕਰ ਰੋਟੀ ਲਾ ਦੇਣੀ ਪਰਸੋਂ ਵੀ ਰੋਟੀ ਖਾਧੀ ਸੀ ਕੱਲ ਵੀ ਰੋਟੀ ਖਾਧੀ ਸੀ ਅੱਜ ਸਵੇਰ ਤੋਂ ਹੀ ਭੁੱਖਿਆ ਇੰਨਾ ਫਿਕਰ ਨਾ ਕਰਿਆ ਕਰ ਹਾਂ ਬੜਾ ਫਿਕਰ ਕਰਦੀ ਹੈ ਬੰਦੇ ਦਾ ਘਰੇ ਪਿਆਰ ਹੋਵੇ ਤਾਂ ਇੰਨਾ ਹੋਵੇ ਘਰ ਵਾਲੀ ਬੰਦੇ ਦਾ ਸਤਿਕਾਰ ਕਰਦੀ ਹੋਵੇ ਤਾਂ ਇੰਨਾ ਕਰਦੀ ਹੋਵੇ ਜਿੰਨਾ ਮੇਰਾ ਬਾਕੀ ਤੁਹਾਡੇ ਸਾਹਮਣੇ ਇੰਨਾ ਫਿਕਰ ਨਾ ਕਰਿਆ ਕਰ ਭਾਗਵਾਨ ਨੇ ਹਾਂ ਲਾ ਦੇ ਛੇਤੀ ਛੇਤੀ ਰੋਟੀਆਂ ਬੜਾ ਫਿਕਰ ਕਰਦੀ ਹੈ ਬੜਾ ਫਿਕਰ ਕਰਦੀ ਹੈ ਹਾਂ ਉਹ ਹੁਣ ਮੈਂ ਦੱਸਦੀ ਹਾਂ ਕਾਸ ਨੂੰ ਹੋ ਗਏ ਤਿੰਨ ਦਿਨ ਨਾ ਕਾਸ ਨੂੰ ਹੋ ਗਏ ਜੇ ਰਹਿ ਗਿਆ ਕੁਛ ਦੱਸਣ ਵਾਲਾ ਹਾਏ ਓਏ ਰੱਬਾ ਸੁਣ ਲਈ ਹੁਣ ਉਹ ਤਿੰਨ ਦਿਨ ਹੋ ਗਏ ਖਤਮ ਸਿਲੰਡਰ ਖੁੱਲ ਜਾਣਗੇ ਪਰਦੇ ਉਹ ਗੱਲ ਸੇ ਮੈਂ ਤਲਵੰਡੀ ਵਾਲਿਆ ਇਹ
ਬੰਦ ਕਰ ਦੇ ਨੇੜੇ ਨੇੜੇ ਜਾਣ ਵਾਲੀ ਨਾ ਸੁਣੋ ਛੱਡੀ ਨੀ।